3 ਤੇ 4 ਦੀ ਦਰਮਿਆਨੀ ਰਾਤ ਨੂੰ ਇੱਕ ਇਨਫੋਰਮੇਸ਼ਨ ਸੀ ਮਾਈਨਿੰਗ ਡਿਪਾਰਟਮੈਂਟ ਕੋਲ ਵੀ ਤੇ ਪੁਲਿਸ ਡਿਪਾਰਟਮੈਂਟ ਕੋਲ ਵੀ ਕਿ J&K ਸਾਈਡ ਤੋਂ ਇਲੀਗਲ ਮਾਈਨਿੰਗ ਕਰਕੇ ਟਰੱਕ ਤੇ ਟਿੱਪਰ ਵਗੈਰਾ ਆਉਂਦੇ ਹਨ। ਇਸ ਇਤਲਾਹ ਤੇ ਜਿਹੜਾ ਰਾਤ ਨੂੰ ਪੁਲਿਸ ਨੇ ਤੇ ਮਾਈਨਿੰਗ ਡਿਪਾਰਟਮੈਂਟ ਨੇ ਇਕੱਠਾ ਨਾਕਾ ਸ਼ਹਿਰ ਸ਼ਨੀ ਦੇ ਨੇੜੇ ਲਗਾਇਆ ਸੀ। ਉਸ ਦੌਰਾਨ ਜਿਹੜੇ ਹੈ 12 ਟਰੱਕ ਜਿਹੜੇ ਇਲੀਗਲ ਮਾਲ ਜਿਨ੍ਹਾਂ 'ਚ ਲੋਡਡ ਸੀ ਉਹ ਰਾਊਂਡ ਅਪ ਕੀਤੇ, ਜਿਨ੍ਹਾਂ ਵਿੱਚੋਂ 3 ਡਰਾਈਵਰ ਉਹਨਾਂ ਦੇ ਗ੍ਰਿਫਤਾਰ ਕਰ ਲਏ, ਬਾਕੀ ਡਰਾਈਵਰ ਜਿਹੜੇ ਹੈ ਟਰੱਕਾਂ ਦੇ ਉਹ ਮੌਕੇ ਤੋਂ ਫਰਾਰ ਹੋ ਗਏ ਨੇੜੇ ਦਾ ਫਾਇਦਾ ਲੈ ਕੇ। ਸੋ ਇਹਨਾਂ 12 ਟਰੱਕਾਂ ਦੇ ਖਿਲਾਫ ਜਿਹੜੀ ਆ ਮਾਈਨਿੰਗ ਐਕਟ ਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਸਰ ਦੇਖਿਆ ਗਿਆ ਕਈ ਵਾਰੀ ਰਾਤ ਦਾ ਫਾਇਦਾ ਉਠਾ ਕੇ ਜਿਹੜੇ ਟਰੱਕ ਡਰਾਈਵਰ ਟਿੱਪਰ ਜਿਹੜੇ ਆ ਕਈ ਵਾਰੀ ਮਾਧਮੂ ਨਾਕੇ ਤੋਂ ਨਿਕਲਦੇ ਆ, ਉਹਨਾਂ ਦੀ ਰੋਕਥਾਮ ਵਾਸਤੇ ਕੀ ਪ੍ਰਯਾਸ ਕੀਤੇ ਜਾ ਰਹੇ ਨੇ? ਦੇਖੋ ਆਲਰੇਡੀ ਕਾਫੀ 5 ਨਾਕੇ ਜਿਹੜੇ ਆ ਮਾਈਨਿੰਗ ਲਈ ਡਿਸਟ੍ਰਿਕਟ ਪਠਾਨਕੋਟ 'ਚ ਲੱਗੇ ਹੋਏ ਆ। ਉਸ ਤੋਂ ਇਲਾਵਾ ਹੋਰ ਵੀ SSP ਸਾਹਿਬ ਨੇ ਕੁਝ ਨਾਕੇ ਜਿਹੜੇ ਆ ਰਿਕਮੈਂਡ ਕੀਤੇ ਆ, ਉਹ ਵੀ ਅੱਜ ਤੋਂ ਸ਼ੁਰੂ ਹੋ ਰਹੇ ਤਾਂ ਕਿ ਕੋਈ ਵੀ ਇਲੀਗਲ ਜਿਹੜੀ ਮਾਈਨਿੰਗ ਜਾਂ ਇਨਫਿਲਟਰੇਸ਼ਨ ਨਾ ਹੋ ਸਕੇ।